ਧਰਮ ਦਾ ਅਰਥ ਰਾਜ ਨਾ ਲੋਕਰਾਜ ਰਹਿਣ ਦਿੰਦਾ ਨਾ ਉਹ ਧਰਮ ਨਿਰਪੱਖ ਰਹਿਣ। ਇਹ ਦੇਸ਼ ਦੀ ਹੋਂਦ ਹੀ ਧਰਮ ਨਿਰਪੱਖਤਾ ਤੇ ਖੜੀ ਹੈ। ਆਜ਼ਾਦੀ ਦੀ ਲੜਾਈ ਵੀ ਅਸੀਂ ਇਕੱਠੇ ਹੋ ਕੇ ਲੜੀ ਹੈ, ਵੱਖ ਵੱਖ ਦਰਕਾਰ ਹੋ, ਇਹ ਖਤਰਨਾਕ ਹੀ। ਪੰਜਾਬ 'ਚ ਅਸੀਂ ਅੱਤਵਾਦ ਦਾ ਦੌਰ ਦੇਖਿਆ ਜਦੋਂ ਧਰਮ ਦੇ ਨਾਂ 'ਤੇ ਖਾਲਿਸਤਾਨ ਦੀ ਮੰਗ ਕੀਤੀ ਗਈ, ਜੇ 'ਚ 26 ਲੋਕਾਂ ਦੇ ਨਾਲ ਔਰ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਰਿਹਾ, ਲੋਕਾਂ ਨੂੰ ਇਹਨਾਂ ਨੀਹਾਂ 'ਤੇ ਪਾੜਿਆ ਜਾ ਰਿਹਾ, RMPA ਇਹਦਾ ਡਟਵਾਂ ਵਿਰੋਧ ਕਰਦੀ ਹੈ, ਸਾਨੂੰ ਇਹਦੇ ਬਾਰੇ ਚਿੰਤਾ ਹੈ। ਤਾਂ ਮੈਂ ਸਮਝਦਾ ਅੱਗੇ ਦੱਸਦੇ ਰਹਿੰਦੀ 'ਚ ਅਸੀਂ ਇਹ ਮੁੱਦੇ ਸਾਰੇ ਵਿਚਾਰਾਂਗੇ। ਮੈਂ ਮੰਗਤ ਰਾਮ ਪਾਸਲਾ, ਜਨਰਲ ਸੈਕਟਰੀ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਬੋਲ ਰਿਹਾ। ਅੱਜ ਅਸੀਂ ਇਸ ਏਰੀਏ 'ਚ ਮਾਨਸਾ ਜ਼ਿਲ੍ਹੇ 'ਚ ਜਿਹੜੀ ਪਾਰਟੀ ਵੱਲੋਂ 10 ਦਸੰਬਰ ਨੂੰ ਜਲੰਧਰ ਰੈਲੀ ਹੋ ਰਹੀ ਜਨਤਕ, ਜਿਹਦਾ ਨਾਂ ਅਸੀਂ ਲਲਕਾਰ ਰੈਲੀ ਰੱਖਿਆ, ਉਹਦੇ ਸੰਬੰਧ 'ਚ ਮੈਂ ਸਾਥੀਆਂ ਨੂੰ ਤਿਆਰ ਕਰਨ ਵਾਸਤੇ ਆਇਆ। ਇਹ ਰੈਲੀ ਪੰਜਾਬ ਦੇ ਵਿੱਚ ਖੱਬੀ ਲਹਿਰ ਲਈ, ਖਾਸ ਤੌਰ 'ਤੇ ਮਜ਼ਦੂਰਾਂ ਕਿਸਾਨਾਂ ਲਈ ਇੱਕ ਵੱਖਰੀ ਕਿਸਮ ਦੀ ਰੈਲੀ ਹੋਏਗੀ, ਜਿਹਦੇ ਵਿੱਚ ਲੋਕਾਂ ਨੇ ਆਪਣੇ ਸਾਧਨ ਕਰਕੇ, ਆਪਣਾ ਇੰਤਜ਼ਾਮ ਕਰਕੇ ਉਸ ਰੈਲੀ 'ਚ ਪੁੱਜਣਾ ਹੈ। ਔਰ ਸਾਡਾ ਸਮਝਦਾਰੀ ਇਹ ਹੈ ਕਿ 1 ਲੱਖ ਦੇ ਕਰੀਬ ਲੋਕੀ ਇਸ ਰੈਲੀ ਵਿੱਚ ਸ਼ਾਮਿਲ ਹੋਣਗੇ। ਇਹ ਰੈਲੀ ਦੇ 2 ਵੱਡੇ ਮਸਲੇ ਹੈ ਇਸ ਵੇਲੇ। ਦੇਸ਼ ਨੂੰ ਜਿਸ ਤਰ੍ਹਾਂ ਫਿਰਕੂ ਫਾਸ਼ੀਵਾਦੀ ਤਾਕਤਾਂ ਫਿਰਕਾ ਪ੍ਰਸਤੀ ਦੇ ਆਧਾਰ ਦੇ ਉੱਤੇ ਦੇਸ਼ ਨੂੰ ਵੰਡਣ ਦਾ ਯਤਨ ਕਰ ਰਹੀਆਂ ਔਰ ਹਰ ਮੁੱਦੇ ਨੂੰ ਇਸ ਤਰ੍ਹਾਂ ਪੇਸ਼ ਕਰ ਰਹੀਆਂ ਜਿਵੇਂ ਫਿਰਕਾ ਪ੍ਰਸਤੀ ਨਾਲ ਜਿਹਨੂੰ ਵਧਾਵਾ ਮਿਲੇ, ਸਾਨੂੰ ਉਸ ਗੱਲ ਤੋਂ ਬੜੀ ਭਾਰੀ ਚਿੰਤਾ ਆ। ਇਹ ਦੇਸ਼ ਦਾ ਜੇ ਧਰਮ ਨਿਰਪੱਖ ਢਾਂਚਾ ਟੁੱਟ ਗਿਆ ਤਾਂ ਫਿਰ ਇਹ ਦੇਸ਼ ਦੀ ਏਕਤਾ ਅਤੇ ਅਖੰਡਤਾ ਵਾਸਤੇ ਚੰਗਾ ਨਹੀਂ ਹੋਵੇਗਾ। ਲੋਕਾਂ ਦੇ ਬਹੁਤ ਸਾਰੇ ਮਸਲੇ ਆ, ਮਜ਼ਦੂਰਾਂ ਦੇ, ਕਿਸਾਨਾਂ ਦੇ, ਬੇਰੁਜ਼ਗਾਰੀ ਦੇ। ਪੰਜਾਬ ਦੇ ਵਿੱਚ ਤਾਂ ਨਸ਼ੇ ਦਾ ਮਸਲਾ ਬਹੁਤ ਵੱਡਾ ਆ, ਕਿਸਾਨੀ ਦਾ ਸੰਕਟ ਇੰਨਾ ਵੱਡਾ ਆ ਵੀ ਲੱਖਾਂ ਕਿਸਾਨ ਆਤਮ ਹੱਤਿਆ ਕਰ ਗਏ ਆ। ਲੇਕਿਨ ਮੋਦੀ ਸਰਕਾਰ ਅਤੇ ਸੰਘ ਪਰਿਵਾਰ, ਚਾਹੇ ਰਾਮ ਮੰਦਰ ਦਾ ਮੁੱਦਾ ਆ, ਚਾਹੇ ਉਹ ਪਾਕਿਸਤਾਨ ਨਾਲ ਸੰਬੰਧਾਂ ਦਾ ਮਸਲਾ ਆ, ਪੂਰੀ ਤਰ੍ਹਾਂ ਜ਼ੋਰ ਲਾ ਕੇ ਧਰੁਵੀਕਰਨ ਕਰਕੇ ਉਹ ਧਾਰਮਿਕ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨ ਭਾਈਚਾਰੇ ਦੇ ਖਿਲਾਫ ਇੱਕ ਨਫ਼ਰਤ ਪੈਦਾ ਕਰਨੀ ਚਾਹੁੰਦੇ, ਜਿਹਦੇ ਨਾਲ ਉਹ ਹਿੰਦੂ ਬਹੁ ਸੰਖਿਆ ਦੀਆਂ ਵੋਟਾਂ ਲੈ ਸਕਣ। ਇਹ ਹਿੰਦੁਸਤਾਨ ਦੇ ਲੋਕਾਂ ਵਿੱਚ ਜਿਹਨਾਂ 'ਚ ਹਿੰਦੂ ਬਹੁਤ ਗਿਣਤੀ 'ਚ ਹੈ ਉਹਨਾਂ ਵਾਸਤੇ ਵੀ ਬਹੁਤ ਹੀ ਖਤਰਨਾਕ ਅਵਸਥਾ ਹੈ, ਕਿਉਂਕਿ ਲੋਕ ਇਸ ਵੇਲੇ ਮਹਿੰਗਾਈ ਤੋਂ, ਬੇਕਾਰੀ ਤੋਂ, ਭੁੱਖਮਰੀ ਤੋਂ ਪੀੜਤ ਹੈ। ਲੋਕਾਂ ਦੇ ਬੱਚੇ ਪੜ੍ਹ ਨਹੀਂ ਰਹੇ, ਇਲਾਜ ਦੁੱਖੋਂ ਲੋਕ ਮਰ ਰਹੇ ਆ। ਇਹ ਮੁੱਦੇ ਪਾਸੇ ਕਰਨ ਵਾਸਤੇ ਸੰਘ ਪਰਿਵਾਰ ਅਤੇ ਮੋਦੀ ਇਸ ਪਾਸੇ ਲੱਗੇ ਹੋਏ ਆ। ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਸਿਆਣੇ ਕਰਨ ਦਾ, ਉਹਨਾਂ ਨੂੰ ਚੇਤਨ ਕਰਨ ਦਾ ਉਪਰਾਲਾ ਕਰਨਾ 10 ਦਸੰਬਰ ਦੀ ਰੈਲੀ ਨਾਲ। ਦੂਸਰਾ ਮੁੱਦਾ ਪੰਜਾਬ ਦੀ ਸਰਕਾਰ ਦਾ ਆ। ਪੰਜਾਬ ਦੀ ਸਰਕਾਰ ਨੇ ਬੜੇ ਵਾਅਦੇ ਲੋਕਾਂ ਨਾਲ ਕੀਤੇ ਸਨ, ਕਰਜ਼ਾ ਮਾਫ਼ੀ ਦੇ, ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਦੇਣ ਦੇ, ਪੈਨਸ਼ਨਾਂ ਵਧਾਉਣ ਦੇ। ਲੇਕਿਨ ਸਾਰੇ ਵਾਅਦਿਆਂ ਨੂੰ ਪਾਸੇ ਰੱਖ ਕੇ ਉਹ ਤਾਂ ਇੱਕ ਗੱਲ 'ਤੇ ਲੱਗੇ ਹੋਏ ਆ ਵੀ ਕਿਸੇ ਢੰਗ ਨਾਲ ਦੁਬਾਰਾ ਲੋਕਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾਣ। ਲੋਕਾਂ ਨਾਲ ਵਾਅਦੇ ਸਾਰੇ ਭੁਲਾ ਦਿੱਤੇ ਗਏ ਆ, ਇੱਕ ਵੀ ਵਾਅਦਾ ਐਸਾ ਨਹੀਂ ਹੈ ਜਿਹੜਾ ਲੋਕਾਂ ਨਾਲ। ਨਸ਼ੇ ਬਾਰੇ ਉਹਨਾਂ ਨੇ ਵਾਅਦਾ ਕੀਤਾ ਸੀ ਚੰਦ ਹਫ਼ਤਿਆਂ ਵਿੱਚ ਮੁੱਕ ਜਾਏਗਾ, ਲੇਕਿਨ ਨਸ਼ਾ ਪੰਜਾਬ ਵਿੱਚ ਰੋਜ਼ 5-4 ਨੌਜਵਾਨਾਂ ਦੀ ਜਾਨ ਲੈ ਰਿਹਾ। ਇਸ ਲਈ ਸਰਕਾਰ ਨੇ ਆਪਣੇ ਵਾਅਦੇ ਉੱਤੇ ਪੂਰੀ ਤਰ੍ਹਾਂ, ਵਿੱਦਿਆ ਦਾ ਵੀ ਉਹੀ ਹਾਲ ਆ, ਸਿਹਤ ਸੇਵਾਵਾਂ ਦਾ ਵੀ ਉਹੀ ਹਾਲ ਆ, ਕਿਸੇ ਕਿਸਮ ਦੀ ਲੋਕਾਂ ਨੂੰ ਕੋਈ ਰਾਹਤ ਨਹੀਂ ਹੈ। ਇਸ ਲਈ ਅਸੀਂ ਜਿਹੜੇ ਮਾਫੀਆ ਸਨ, ਲੈਂਡ ਮਾਫੀਆ, ਰੇਤ ਮਾਫੀਆ, ਉਹ ਅਕਾਲੀਆਂ ਵਾਂਗ ਰਹੇ, ਹੁਣ ਕਾਂਗਰਸ ਦੇ ਰਾਜ ਵਿੱਚ ਚੱਲ ਰਿਹਾ। ਇਸ ਲਈ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਰਾਹਤ ਨਹੀਂ ਮਿਲੀ। ਇਹ 2 ਮੁੱਦੇ ਲੈ ਕੇ ਅਸੀਂ ਰੈਲੀ ਕਰ ਰਹੇ ਹਾਂ।
ਤੀਸਰਾ ਜਿਹੜਾ ਇਸ ਵੇਲੇ ਸਾਡੇ ਲਈ ਇੱਕ ਪਾਸੇ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਨਾਲ ਸਾਡੇ ਸੰਬੰਧ ਭਾਵੇਂ ਉਹ ਨਵਾਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਸਵਾਲ ਦੇ ਉੱਤੇ ਹੀ ਸਮਝੋ ਜਿਹੜਾ ਇੱਕ ਸ਼ੁਭ ਸਗਨ ਆ, ਦੋਨਾਂ ਦੇਸ਼ਾਂ ਦੇ ਲੋਕਾਂ ਨੇ ਇਹਦਾ ਚੰਗਾ ਮਨਾਇਆ। ਮਸਲਾ ਲੋਕਾਂ ਦਾ ਮੈਂ ਕਹਿ ਰਿਹਾ ਪਹਿਲਾਂ, ਲੋਕਾਂ ਨੇ ਇਹਨੂੰ ਬੜੀ ਖੁਸ਼ ਹੋਏ, ਲੋਕ ਭਾਰਤੀ ਵੀ ਪਾਕਿਸਤਾਨ ਦੇ ਵੀ, ਅਸੀਂ ਇੱਕੋ ਧਰਤੀ ਦੇ ਲੋਕ ਹਾਂ। ਜੇ ਸਭ ਤੋਂ ਵੱਧ ਇਹ ਤੋਂ ਪਰੇਸ਼ਾਨ ਕੋ ਹੈ ਉਹ ਇੱਕ ਪਾਸੇ ਪਾਕਿਸਤਾਨ ਦੀ ਮਿਲਟਰੀ ਪਰੇਸ਼ਾਨ ਹੋ ਸਕਦੀ ਹੈ ਅਤੇ ਦੂਜੇ ਪਾਸੇ ਹਿੰਦੁਸਤਾਨ ਦਾ ਸੰਘ ਪਰਿਵਾਰ ਪਰੇਸ਼ਾਨ ਹੈ, ਕਿਉਂਕਿ ਜੇ ਇਹ ਸਾਡੀ ਆਪਸੀ ਭਾਈਚਾਰਾ ਕਾਇਮ ਬਣ ਜਾਵੇ, ਸਾਡਾ ਇੱਥੇ ਮਾਹੌਲ ਤਣਾਅ ਰਹਿਤ ਬਣ ਜਾਏ, ਤਾਂ ਇਹਦੇ ਨਾਲ ਸੰਘ ਪਰਿਵਾਰ ਦਾ ਮਨੀਸ਼ਨ ਖਤਮ ਹੋ ਜਾਂਦਾ, ਜਿਹੜਾ ਉਹ ਮਨੀਸ਼ਨ ਚਲਾਉਣਾ ਚਾਹੁੰਦੇ ਲੋਕਾਂ ਨੂੰ ਫਿਰਕਾ ਪ੍ਰਸਤੀ ਦੇ ਆਧਾਰ 'ਤੇ ਪਾਕਿਸਤਾਨ ਦੇ ਖਿਲਾਫ ਖੜਿਆਂ ਕਰਕੇ ਲਾਜ਼ਮੀ। ਇਸ ਲਈ ਉਹ ਇਹ ਤੋਂ ਬਹੁਤ ਪਰੇਸ਼ਾਨ ਆ, ਤਰ੍ਹਾਂ ਤਰ੍ਹਾਂ ਦੇ ਅਟੈਕ ਕਰ ਰਹੇ ਆ। ਮੈਂ ਸਮਝਦਾ ਹਾਂ ਕਿ ਇਹ ਕੋਰੀਡੋਰ ਬਣਨ ਦੇ ਨਾਲ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਨੀਤੀ ਨਹੀਂ ਬਹੁਤੀ ਬਦਲਣੀ, ਸੰਭਵ ਆ ਪਾਕਿਸਤਾਨ ਦੇ ਹੁਕਮਰਾਨ ਜਿਹੜੇ ਮਿਲਟਰੀ ਕਹੇ ਕੰਮ ਕਰਦੇ ਆ ਉਹ ਆਪਣੀਆਂ ਅਜੇ ਅੱਤਵਾਦੀਆਂ ਨੇ ਕਾਰਵਾਈਆਂ ਇੱਕ ਹੱਥ ਜਾਰੀ ਰੱਖਣ, ਅਸੀਂ ਉਹਨਾਂ ਦਾ ਮੁਕਾਬਲਾ ਇਕੱਠੇ ਹੋ ਕੇ ਕਰਨਾ ਆ। ਅੱਤਵਾਦੀ ਕਿਸੇ ਕਿਸਮ ਦੇ ਹੁਣ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਨਾ, ਦੇਸ਼ ਦੀ ਰਾਖੀ ਕਰਨੀ, ਇਹ 'ਚ ਕਿਸੇ ਦਾ ਕੋਈ ਮਤਭੇਦ ਨਹੀਂ। ਲੇਕਿਨ ਇਸ ਨਾਂ ਥੱਲੇ ਵੀ ਹੁਕਮਰਾਨ ਕੀ ਚਾਹੁੰਦੇ ਆ, ਦੋਨਾਂ ਦੇਸ਼ਾਂ ਦੇ ਲੋਕਾਂ ਦੀ ਦੋਸਤੀ ਨਾ ਵਧੇ, ਇਹ ਖਤਰਨਾਕ ਗੱਲ ਆ। ਅਸੀਂ ਜਿੱਥੇ ਦੋਨਾਂ ਦੇਸ਼ਾਂ ਦੇ ਹੁਕਮਰਾਨਾਂ ਦੀ ਜਿਹੜੀ ਅੰਨਾ ਕੌਮਵਾਦ ਫੈਲਾ ਰਹੇ ਆ ਵੀ ਆਪਣੇ ਦੇਸ਼ ਲਈ ਮਰ ਮਿਟਾਂਗੇ, ਅੰਨਾ ਕੌਮਵਾਦ ਕਦੀ ਦੇਸ਼ ਭਗਤੀ ਨਹੀਂ ਹੁੰਦਾ। ਅੰਨਾ ਕੌਮਵਾਦ ਹਮੇਸ਼ਾ ਜੰਗਾਂ ਲਾਉਂਦਾ ਆ, ਨਫ਼ਰਤ ਪੈਦਾ ਕਰਦਾ ਹੈ। ਜਰਮਨ ਦਾ ਅੰਨਾ ਕੌਮਵਾਦ ਜਰਮਨ ਨੂੰ ਖਾ ਗਿਆ ਲੜਾਈ ਦੇ ਵੇਲੇ। ਇਸ ਲਈ ਜੇ ਕੋਈ ਇਹ ਕਵੇ ਵੀ ਮੈਂ ਇੰਨੀ ਅੰਨਾ ਕੌਮਵਾਦ ਫੈਲਾ ਕੇ ਨਫ਼ਰਤ ਪੈਦਾ ਕਰਨੀ ਗੁਆਂਢੀਆਂ ਦੇ ਖਿਲਾਫ਼, ਇਹ ਦੇਸ਼ ਭਗਤੀ ਨਹੀਂ ਹੋ ਸਕਦਾ। ਇਸ ਲਈ ਸਾਡਾ ਨਜ਼ਰੀਆ ਇਹ ਹੈ ਕਿ ਅੱਤਵਾਦੀ ਕਾਰਵਾਈਆਂ ਬੰਦ ਹੋਣ ਹਿੰਦੁਸਤਾਨ ਦੀ ਧਰਤੀ 'ਤੇ, ਪਾਕਿਸਤਾਨ ਦੇ ਫੌਜੀ ਹਾਕਮ ਇਹ ਕਾਰਾ ਨਾ ਕਰਨ, ਜੇ ਉਹ ਕੰਮ ਕਰਦੇ ਤਾਂ ਅਸੀਂ ਉਹਦਾ ਡਟ ਕੇ ਦੇਸ਼ ਭਗਤ ਲੋਕ ਇਕੱਠੇ ਹੋ ਕੇ ਮੁਕਾਬਲਾ ਕਰਾਂਗੇ। ਲੇਕਿਨ ਇਹਦੇ ਰਾਹ ਵਿੱਚ ਦੋਨਾਂ ਦੇਸ਼ਾਂ ਦਾ ਪਿਆਰ ਮੁਹੱਬਤ ਵਧੇ, ਲੋਕਾਂ ਦਾ ਆਉਣਾ ਜਾਣਾ ਵਧੇ, ਇਹਦੇ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ। ਦਾ ਮਨਾਇਆ ਇਹਨੂੰ ਚੰਗਾ ਰਾਹਤ ਮਹਿਸੂਸ ਕੀਤੀ ਹੈ। ਲੇਕਿਨ ਸੰਘ ਪਰਿਵਾਰ ਬੜਾ ਪਰੇਸ਼ਾਨ ਆ, ਕਿਉਂਕਿ ਉਹ ਮੁਸਲਮਾਨਾਂ ਦੇ ਖਿਲਾਫ਼ ਜਿਹੜੀ ਨਫ਼ਰਤ ਪੈਦਾ ਕਰਨਾ ਚਾਹੁੰਦਾ, ਇਹਦੇ ਨਾਲ ਉਹਨਾਂ ਦੀ ਇਹ ਧਾਰਾ ਤਿੱਖੀ ਹੁੰਦੀ ਹੈ। ਅਖੀਰਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਸਾਨੂੰ ਬਾਰਡਰ ਦੇ ਲੋਕ ਅਸੀਂ ਹਾਂ ਪੰਜਾਬ ਵਾਲੇ, ਸਾਨੂੰ ਇਸ ਖਿੱਤੇ ਸ਼ਾਂਤੀ ਚਾਹੀਦੀ ਹੈ, ਦੇਸ਼ ਦੀ ਰਾਖੀ ਦੀ ਜ਼ਿੰਮੇਵਾਰੀ ਵੀ ਸਾਡੇ ਲੋਕਾਂ ਦੇ ਉੱਤੇ ਹੈ। ਪਰ ਰਾਖੀ ਦੇ ਨਾਂ ਥੱਲੇ ਜੇ ਕੋਈ ਫਿਰਕਾ ਪ੍ਰਸਤੀ ਦੀ ਖੇਡ ਖੇਡਦਾ ਉਹ ਸਾਡੇ ਲਈ ਬਹੁਤ ਖਤਰਨਾਕ ਆ। ਇਸ ਲਈ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਵੀ ਉਹ ਸਿੱਖ ਦੀਆਂ ਵੋਟਾਂ ਹਾਸਲ ਕਰਨ ਲਈ ਸਿਆਸਤ ਫਿਰਕਾ ਪ੍ਰਸਤੀ ਆਧਾਰ 'ਤੇ ਕਰੇ। ਇਹ ਕਵੇ ਵੀ ਅੱਤਵਾਦੀ ਮੂਹਰੇ ਲਾ ਕੇ ਮੈਂ ਬਾਦਲਾਂ ਦਾ ਮੁਕਾਬਲਾ ਕਰ ਲੈਣਾ, ਮੈਂ ਸਮਝਦੇ ਖਤਰਨਾਕ ਖੇਲਿਆ। ਬਾਦਲਾਂ ਦਾ ਮੁਕਾਬਲਾ ਕਰਨ ਵਾਸਤੇ ਜਿਹੜੇ ਬਾਦਲਾਂ ਦੇ ਕਾਰਨਾਮੇ ਕਾਲੇ ਕੀਤੇ ਆ 10 ਸਾਲਾਂ ਦੇ ਦੌਰਾਨ, ਭ੍ਰਿਸ਼ਟਾਚਾਰ ਕੀਤਾ, ਧਰਮ ਦਾ ਦੁਰਇਸਤੇਮਾਲ ਕੀਤਾ, ਲੋਕਾਂ ਦੇ ਆਰਥਿਕ ਨੀਤੀਆਂ ਰੋਜ਼ ਪੇਸ਼ ਕੀਤੀਆਂ, ਉਹਦਾ ਮੁਕਾਬਲਾ ਕਰਕੇ ਬਾਦਲਾਂ ਨੂੰ ਲੋਕਾਂ ਵਿੱਚੋਂ ਕੱਟਿਆ ਜਾ ਸਕਦਾ। ਜੇ ਕਹੇ ਕੋਈ ਅੱਤਵਾਦੀਆਂ ਦਾ ਸਹਿਯੋਗ ਕਰਕੇ ਮੈਂ ਬਾਦਲਾਂ ਨੂੰ ਢਾ ਲੈਣਾ, ਇਹ ਅੱਗ ਨਾ ਖੇਲਿਆ। ਇਹ ਅਮਰਿੰਦਰ ਨੂੰ ਵੀ ਬਚਣਾ ਚਾਹੀਦਾ, ਅੱਗੇ ਬਾਦਲਾਂ ਨੇ ਖੇਲ ਕੇ ਦੇਖ ਚੁੱਕੇ ਬਾਦਲ, ਇਹ ਪ੍ਰਕਾਸ਼ ਸਿੰਘ ਬਾਦਲ ਹੋਰੀ। ਤੋ ਮੈਂ ਸਮਝਦਾ 10 ਦੀ ਰੈਲੀ ਪੰਜਾਬ 'ਚ ਖੱਬੇ ਪੱਖੀਆਂ ਨੂੰ ਇੱਕਜੁੱਟ ਹੋਣ ਕਰਨ ਦੀ ਮਦਦ ਕਰੇਗੀ। ਇਕੱਲੇ ਖੱਬੇ ਪੱਖੀ ਨਹੀਂ, ਦਲਿਤ ਭਾਈਚਾਰੇ 'ਚ ਕੰਮ ਕਰਨ ਵਾਲੇ ਲੋਕ, ਡਾਕਟਰ ਬੀ ਆਰ ਅੰਬੇਦਕਰ ਜੀ ਦੇ ਨਾਂ 'ਤੇ ਜਥੇਬੰਦੀਆਂ ਕੰਮ ਕਰਨਗੀਆਂ ਜਿਹੜੀਆਂ ਉਹ ਵੀ, ਔਰ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਲੋਕ ਜਿਹੜੇ ਲੋਕਾਂ ਦੇ ਭੱਲੇ ਲਈ ਖੜ੍ਹਦੇ ਆ, ਜਮਹੂਰੀਅਤ ਲਈ ਜਿਹੜੇ ਲੋਕ ਖੜ੍ਹਦੇ ਆ, ਉਹ ਸਾਰੇ ਲੋਕ ਇਸ ਰੈਲੀ ਤੋਂ ਬਾਅਦ ਲਾਜ਼ਮੀ
ਪ੍ਰਭਾਵਿਤ ਵੀ ਹੋਣਗੇ, ਅਸੀਂ ਯਤਨ ਕਰਾਂਗੇ ਉਹਨਾਂ ਤੱਕ ਪਹੁੰਚ ਕਰਨ ਦਾ, ਤਾਂ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਅਕਾਲੀ ਦਲ ਭਾਜਪਾ ਦਾ ਗੱਠਜੋੜ, ਇੱਕ ਪਾਸੇ ਕਾਂਗਰਸ, ਅਸੀਂ ਦੋਨਾਂ ਦਾ ਪੰਜਾਬ 'ਚ ਮੁਕਾਬਲਾ ਕਰਨ ਦੇ ਸਮਰੱਥ ਹੋਈ ਹੈ। ਇਸ ਦੇ 10 ਦੀ ਰੈਲੀ ਇਸ ਗੱਲ ਦੇਰੀ ਵਿੱਚ ਆ ਰਿਹਾ ਹੈ। ਖਰਚੇ ਵੱਡੇ ਆ, ਲੇਕਿਨ ਲੋਕਾਂ ਦਾ ਸਹਿਯੋਗ ਦੱਸਦਾ ਇਹ ਹੈ ਕਿ ਅਸੀਂ ਇਸ ਰੈਲੀ ਨੂੰ ਇੱਕ ਮੀਲ ਪੱਥਰ ਦੇ ਤੌਰ 'ਤੇ ਸਾਬਤ ਕਰ ਸਕਾਂਗੇ। ਪਰ ਇਹਦਾ ਸਿਹਰਾ ਦੱਸਣ ਗੱਲ ਇਹ ਆ ਵੀ ਸਰਕਾਰਾਂ ਨੂੰ ਦੇਣ ਦੀ ਬਜਾਏ ਜੇ ਲੋਕਾਂ ਦੀਆਂ ਭਾਵਨਾਵਾਂ ਲੰਬੇ ਸਮੇਂ 'ਚ ਕੰਮ ਕਰਦੀਆਂ ਸੀ, ਉਹਨਾਂ ਨੂੰ ਸਿਹਰਾ ਦੇਣਾ ਚਾਹੀਦਾ। ਜੇ ਲੋਕਾਂ ਦੇ ਪਿੱਛੇ ਭਾਵਨਾਵਾਂ ਹੋਣ, ਸਰਕਾਰਾਂ ਕੁਝ ਨਹੀਂ ਕਰਦੀਆਂ। ਇਸ ਲਈ ਜਿਹੜੀ ਦੌੜ ਲੱਗੀ ਹੋਈ ਹੈ ਪੰਜਾਬ ਦੇ ਵਿੱਚ, ਅਕਾਲੀਆਂ ਵਿੱਚ ਅਤੇ ਕਾਂਗਰਸ ਵਿੱਚ, ਭਾਜਪਾ ਵਿੱਚ, ਇਹ ਬਹੁਤ ਹੀ ਘਨੌਣੀ ਕਿਸਮ ਦੀ, ਹਲਕੀ ਕਿਸਮ ਦੀ ਰਾਜਨੀਤੀ ਹੈ। ਜਿੱਦਾਂ ਉਹਦੇ ਨਾਲ ਨੀਂਹ ਪੱਥਰ ਰੱਖਣ ਵੇਲੇ ਕੋਰੀਡੋਰ ਦਾ ਜੋ ਇਹਨਾਂ ਨੇ ਕਾਰੇ ਕੀਤੇ ਆ, ਕਾਂਗਰਸ ਹਰਸਿਮਰਤ ਕੌਰ ਬਾਦਲ ਨੇ ਵੀ ਉੱਦਾਂ ਦੇ ਮੌਕੇ ਗੱਲ ਕੀਤੀ ਜਿਹੜੀ ਉੱਥੇ ਲੋਕਾਂ ਨੂੰ ਪਸੰਦ ਨਹੀਂ। ਦੂਜੇ ਪਾਸੇ ਕਾਂਗਰਸ ਵਾਲਿਆਂ ਨੇ ਵੀ ਇਹੀ ਕੰਮ ਕੀਤਾ। ਜਾਣੀ ਇਹ ਲੱਗਦਾ ਇਹ ਆ ਵੀ ਇਹਨਾਂ ਲੋਕਾਂ ਨੂੰ ਨਾ ਕੋਈ ਧਰਮ ਨਾਲ ਵਾਸਤਾ, ਨਾ ਨੂੰ ਗੁਰੂ ਨਾਨਕ ਦੇਵ ਦੀ ਸਿੱਖਿਆ ਨਾਲ ਕੋਈ ਵਾਸਤਾ ਆ, ਅਤੇ ਨਾ ਹੀ ਇਸ ਇਲਾਕੇ 'ਚ ਕੋਈ ਅਮਨ ਸ਼ਾਂਤੀ ਦਾ ਵਾਸਤਾ। ਇਹ ਤਾਂ ਲੋਕ ਹਰ ਗੱਲ ਵਿੱਚੋਂ ਹੀ ਵੋਟਾਂ ਲੱਭਦੇ ਆ। ਮੈਂ ਸਮਝਦਾ ਇਹ ਰਾਜ ਗ੍ਰੇਜ਼ ਕਰਨਾ ਚਾਹੀਦਾ ਹੈ। ਅਸੀਂ ਆਪਣਾ ਮਾਹੌਲ ਆਪ ਬਣਾਇਆ ਇਹਨਾਂ ਰਾਜਸੀ ਪਾਰਟੀਆਂ ਨੇ, ਜਿਹੜਾ ਕੋਰੀਡੋਰ ਦੇ ਨੀਂਹ ਪੱਥਰ ਵੇਲੇ ਕੀਤਾ ਕਾਂਗਰਸ ਦੇ ਅਕਾਲੀਆਂ ਨੇ, ਭਾਜਪਾ ਆਈਆਂ ਨੇ। ਅਸਲ ਉਹਨਾਂ ਨੇ ਆਪਣੀ ਜਿਹੜੀ ਰਾਜਨੀਤੀ ਆ ਉਹਦਾ ਮਾਹੌਲ ਉਡਾਇਆ। ਮੈਂ ਸਮਝਦਾ ਨਿੰਦਣਯੋਗ ਹੈ। ਸਾਨੂੰ ਇੱਦਾਂ ਦੇ ਮਸਲਿਆਂ ਵਿੱਚ ਇਹ ਲੈਣ ਦੀ ਮੇਰਾ, ਮੈਂ ਇਹਦਾ ਸਾਰਾ ਲਵਾਂ ਕ੍ਰੈਡਿਟ, ਇਹ ਬੜੀ ਘਟੀਆ ਚਾਲ ਹੈ, ਇਹਦਾ ਕੋਈ ਅਰਥ ਨਹੀਂ। ਕ੍ਰੈਡਿਟ ਇਹ ਲੋਕਾਂ ਨੂੰ ਜਾਣਾ ਚਾਹੀਦਾ ਥੱਲੇ ਦਿਆਂ ਨੂੰ, ਜਿਹਨਾਂ 'ਚ ਹਾਲੇ ਵੀ ਇੰਨੀ ਕੁੜੱਤਣ ਦੇ ਬਾਵਜੂਦ ਵੀ ਦੋਸਤੀ ਦੀ ਭਾਵਨਾ ਹੈ। ਮੈਂ ਸਮਝਦਾ ਦੋਨਾਂ ਦੇਸ਼ਾਂ ਦੇ ਲੋਕ ਥੱਲੇ, ਸਾਡੇ 'ਚ ਵੀ, ਉਹਨਾਂ 'ਚ ਵੀ ਇਹੀ ਭਾਵਨਾ ਆ। ਬਾਕੀ ਸਰਕਾਰਾਂ ਦਾ ਕੰਮ ਹੈ, ਉਹ ਕਰਦੀਆਂ। ਮੈਂ ਕਿਸੇ ਨੂੰ ਕ੍ਰੈਡਿਟ ਦੀ ਗੱਲ ਨਹੀਂ ਕਰਦਾ, ਸਰਕਾਰਾਂ ਦਾ ਕੰਮ ਆ ਇੱਦਾਂ ਦੇ ਮਸਲੇ ਲੋਕਾਂ ਦੀ ਤਰਸ 'ਤੇ ਹੱਲ ਕਰਨੇ। ਇਹ ਭਾਰਤ ਸਰਕਾਰ ਨੇ ਵੀ ਇਹ 'ਚ ਮਦਦ ਕੀਤੀ ਆ, ਪਾਕਿਸਤਾਨ ਨੇ ਵੀ ਕੀਤੀ ਆ, ਪਰ ਕ੍ਰੈਡਿਟ ਵਾਲੀ ਗੱਲ ਕੋਈ ਨਹੀਂ ਹੈ। ਕ੍ਰੈਡਿਟ ਅਸਲ 'ਚ ਲੋਕਾਂ ਦੋਨਾਂ ਦੇਸ਼ਾਂ ਦੇ ਲੋਕਾਂ ਦੀ ਭਾਵਨਾਵਾਂ ਨੂੰ ਜਾਣਾ ਚਾਹੀਦਾ, ਜਿਹੜੇ ਅੱਜ ਵੀ ਇੱਕ ਮੁੱਠ ਹੋ ਕੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ।